ਪੰਜਾਬ ਦਾ ਦੇਸੀ ਘਿਓ ਹੁਣ ਖਾਣ ਦੇ ਯੋਗ ਨਹੀਂ ਰਿਹਾ, ਇਹ ਮਿੱਠਾ ਜ਼ਹਿਰ ਬਣ ਗਿਆ ਹੈ। ਪੰਜਾਬ ਦੇ ਵਿੱਚ ਵਿਕਣ ਵਾਲੇ ਦੇਸੀ ਘਿਓ ਦੇ ਵਿੱਚ ਵੱਡੀ ਪੱਧਰ 'ਤੇ ਮਿਲਾਵਟ ਪਾਈ ਜਾਂਦੀ ਹੈ ਅਤੇ ਇਸੇ ਹੀ ਤਰ੍ਹਾਂ ਦੁੱਧ ਦੇ ਵਿੱਚ ਵੀ 13.6 ਫੀਸਦੀ ਨਮੂਨੇ ਮਿਆਰਾਂ ਦੇ ਅਨੁਸਾਰ ਅਨੁਕੂਲ ਨਹੀਂ ਹਨ। ਪੰਜਾਬ ਦੀ ਪਛਾਣ ਦੁੱਧ ਅਤੇ ਦੇਸੀ ਘਿਓ 'ਤੇ ਨਿਖਾਰੀ ਹੈ ਅਤੇ ਇਹੀ ਘਿਓ ਵਿੱਚ ਹੁਣ ਵੱਡੀ ਮਾਤਰਾ ਦੇ ਵਿੱਚ ਮਿਲਾਵਟ ਹੋ ਰਹੀ ਆ। ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਦੇ ਅਨੁਸਾਰ 2023-24 ਦੇ ਵਿੱਚ ਦੁੱਧ ਦੇ ਇਕੱਠੇ ਕੀਤੇ ਗਏ 646 ਨਮੂਨਿਆਂ ਦੇ ਵਿੱਚੋਂ 88 ਮਿਆਰਾਂ 'ਤੇ ਖਰੇ ਨਹੀਂ ਉਤਰੇ। ਕੋਏ ਦੇ 26 ਫੀਸਦੀ ਨਮੂਨੇ ਫੇਲ ਹੋਏ ਆ ਅਤੇ ਬੀਤੇ 3 ਵਰ੍ਹਿਆਂ ਦੇ ਵਿੱਚ 2021 ਤੋਂ ਲੈ ਕੇ 2024 ਦੇ ਦੌਰਾਨ ਦੁੱਧ ਦੇ ਕੁੱਲ 20,988 ਨਮੂਨੇ ਭਰੇ ਗਏ ਆ, ਜਿਨ੍ਹਾਂ ਦੇ ਵਿੱਚੋਂ 3,712 ਨਮੂਨੇ ਅਨੁਕੂਲ ਨਹੀਂ ਪਾਏ ਗਏ। ਸਾਲ 2023 ਅਤੇ 24 ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਤੋਂ ਕੁੱਲ 6,043 ਨਮੂਨੇ ਭਰੇ ਗਏ ਆ, ਜਿਨ੍ਹਾਂ ਦੇ ਵਿੱਚੋਂ 929 ਨਮੂਨੇ ਫੇਲ ਹੋ ਗਏ ਆ। ਸਾਲ 2023-24 ਦੇ ਦੌਰਾਨ ਪੰਜਾਬ ਸਰਕਾਰ ਨੇ 1,577 ਸਿਵਲ ਕੇਸ ਕੀਤੇ ਆ ਅਤੇ 76 ਕੇਸਾਂ ਦੇ ਵਿੱਚ ਅਪਰਾਧਿਕ ਕਾਰਵਾਈ ਕੀਤੀ। ਬੀਤੇ 3 ਵਰ੍ਹਿਆਂ ਦੇ ਵਿੱਚ 194 ਨਮੂਨਿਆਂ ਦੇ ਵਿੱਚ ਮਾਲਕਾਂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਹੋਈ ਆ। ਫੇਲ ਹੋਏ ਨਮੂਨਿਆਂ ਦੇ ਵਿੱਚੋਂ ਕੁਝ ਮਾਮਲਿਆਂ ਦੇ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਆ ਜਾਂ ਫਿਰ ਮਿਆਦ ਉਗਾ ਕੇ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਬਣਾਇਆ ਗਿਆ। ਸੂਤਰਾਂ ਦੇ ਅਨੁਸਾਰ ਪੂਜਾ ਵਾਸਤੇ ਵੇਚੇ ਜਾਂਦੇ ਦੇਸੀ ਘਿਓ ਦੇ ਵਿੱਚ ਹਾਈਡਰੋਜੇਨੇਟਡ ਫੈਟ ਅਤੇ ਰਿਫਾਈਂਡ ਤੇਲ ਦੀ ਮਿਲਾਵਟ ਹੁੰਦੀ ਆ। ਇਸ ਵਿੱਚ 5-10 ਫੀਸਦੀ ਹੀ ਦੇਸੀ ਘਿਓ ਹੁੰਦਾ ਹੈ। ਸੰਬੰਧਿਤ ਵਿਭਾਗ ਦੇ ਵਿੱਚ ਕਮਿਸ਼ਨਰ ਰਹਿ ਚੁੱਕੇ ਕਾਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਪਵੇਗੀ।